ਬਲਵਿੰਦਰ ਸਿੰਘ ਸਹਿਤੀ ਵੱਲੋਂ ਭਾਵ ਭਾਈਚਾਰੇ ਦਾ ਦਿਨ ਚੱਲ ਰਿਹਾ ਹੈ। ਇਹ ਕੋਈ ਕਿਸੇ ਪਰਮੇਸ਼ਰ ਦੀ ਮਹਾਨ ਰਹਿਮਤ ਹੈ, ਕਿਸੇ ਮਹਾਂਪੁਰਸ਼ ਦੀ ਰਹਿਮਤ ਹੈ। ਇਹਨਾਂ ਦਾ ਜੀਵਨ ਜੋ ਮਹਾਨ ਸੰਤ ਬਾਬਾ ਜਨ ਸਿੰਘ ਜੀ ਦੇ ਵਿਆਸੀ ਵਿੱਚ ਦਿੱਲੀ ਸ਼ਹੀਦ ਹੋਏ ਸਨ, ਉਹਨਾਂ 'ਤੇ ਉਹਨਾਂ ਦੀ ਬਹੁਤ ਰਹਿਮਤ ਹੈ ਪਰਮਿੰਦਰ ਸਿੰਘ 'ਤੇ, ਸਹਿਬਜੀਪੁਰ 'ਤੇ, ਅਤੇ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਘ ਵਾਲੀ ਕਰਨਾਲਿਆਂ ਦੀ ਬੜੀ ਮਹਾਂ ਰਹਿਮਤ ਹੈ, ਜਿਨ੍ਹਾਂ ਨੇ ਮੋਦੀਖਾਨੇ ਦਾ ਮਰਯਾਦਾ ਚਲਾਈ ਹੈ। ਗਰੀਬਾਂ ਦੀਆਂ ਮੇਰੀਆਂ ਮਾਵਾਂ ਅਤੇ ਭੈਣਾਂ ਦੀ ਸਹਾਇਤਾ ਲਈ, ਅਤੇ ਮੈਂ ਬੇਨਤੀ ਕਰਨਾ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਗੁਰਸਿੱਖ ਦਾ ਜਿਹੜਾ ਜੀਵਨ ਹੈ ਉਹ ਇੱਕ ਪਾਣੀ ਦੀ ਨਿਆਏ ਹੈ। ਕਿਸੇ ਨੂੰ ਪਿਆਸ ਲੱਗੀ ਹੋਵੇ ਜਾਂ ਕਿਸੇ ਨੂੰ ਦਰਦ ਹੋਵੇ ਤਾਂ ਉਹਦਾ ਜੀਵਨ ਹੈ ਪਹਿਲਾਂ ਪਾਣੀ, ਅਤੇ ਸਿੱਖ ਦਾ ਵੀ ਜੀਵਨ ਹੈ ਪਾਣੀ ਦੀ ਨਿਆਏ। ਅਤੇ ਜੇ ਉਸ ਪਾਣੀ ਦਾ ਸੁਭਾਅ ਹੈ ਹਮੇਸ਼ਾ ਹੀ ਨਿਵਾਣ ਹੋ ਜਾਣਾ ਨੀਵੇਂ ਪਾਸੇ, ਅਤੇ ਤਪਦੇ ਹਿਰਦਿਆਂ ਨੂੰ ਉਸ ਪਾਣੀ ਨੇ ਸੀਤਲ ਕਰਨਾ ਹੈ, ਗੁਰੂ ਸਾਹਿਬ ਕਹਿੰਦੇ ਨੇ। ਅਤੇ ਜੇ ਉਸ ਪਾਣੀ ਨੂੰ ਸੁਭਾਅ ਨੂੰ ਦੇਖੀਏ ਪਾਣੀ ਦਾ, ਤਾਂ ਬਹੁਤ ਇਹਦਾ ਠੰਡਾ, ਅਤੇ ਜਿਸ ਦੇ ਥੱਲੇ ਇੱਕ ਅੱਗ ਬਾਲੀ ਗਈ ਅਤੇ ਉਸਨੇ ਹਮੇਸ਼ਾ ਹੀ ਉੱਪਰ ਚੜ੍ਹਨਾ ਹੀ ਚੜ੍ਹਦਾ ਸੀ। ਅਤੇ ਮੈਂ ਇਹ ਬੇਨਤੀ ਕਰਨਾ ਆਪਾਂ ਜਿੰਨੇ ਵੀ ਹੈ ਇਸਦੇ ਜੀਵਨ ਨੂੰ ਆਪਾਂ ਠੰਡ ਵਰਤਾਈਏ, ਅਤੇ ਜੋ ਇਹਨੇ ਲੈਣ ਚਲਾਈਏ ਪਰਮਿੰਦਰ ਸਿੰਘ ਸਹਿਦੀਪੁਰ ਨੇ ਗਰੀਬਾਂ ਦੇ ਸਹਾਇਤਾ ਲਈ, ਉਹ ਗਰੀਬ ਨਹੀਂ ਹੈ, ਉਹ ਆਪਣੇ ਹਿਰਦਿਆਂ ਵਿੱਚੋਂ ਕੁਛ ਆਤਮਾ ਵਿਛੜੀਆਂ ਨੇ, ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮਾਤਾਵਾਂ ਉਹ ਹੈ ਸਾਡੀਆਂ ਨੇ, ਉਹ ਕੁਦਰਤ ਦੇ ਐਸੇ ਰੰਗ ਨੇ, ਕੋਈ ਸਮਾਂ ਕਿਸਮ ਦਾ ਆਪੋ ਆਪਣੀ ਹੁੰਦੀ ਹੈ, ਉਹ ਸਮੇਂ ਦਾ